ਆਪਣੀ ਮਜ਼ਦੂਰੀ ਕਰਕੇ ਲਿਆ। ਫਿਰ ਮੈਨੂੰ ਪਤਾ ਹੈ ਜਿਹਨੇ 37 ਲੱਖ ਨੂੰ, ਸਭ ਤੋਂ ਮਿਹਰਬਾਨੀ ਵਿਚਾਰਿਆਂ ਦੀ, ਉਹਨਾਂ ਦੀ 7 ਲੱਖ ਮੈਨੂੰ ਪ੍ਰੋਫਿਟ ਅੱਜ ਹੀ ਹੋ ਗਿਆ। ਉਹ ਪਾ 41 ਲੱਖ ਦਾ ਡਿਲੈਕਸ ਦੇ ਰਹੇ ਨਾ, 37 ਲੱਖ ਨੂੰ ਜਾਂ 1000 ਦਾ ਲੈ ਕੇ ਚੱਲਿਆ ਅਤੇ ਲੈ ਕੇ ਵੀ ਉਹਨਾਂ ਦਾ ਬਾਬਾ ਚੱਲਿਆ। ਬੰਪਰ ਲੱਗਾ ਜਿਵੇਂ ਕੰਪਨੀ ਫਿਟਿੰਗ ਹੁੰਦੀ ਹੈ, ਠੀਕ ਹੈ ਕਿ ਨਹੀਂ? ਪੂਰਾ ਮਾਹੌਲ ਗੁੱਜਰ ਨੇ ਆ ਕੇ ਸਾਨੂੰ ਮੁੱਛ ਲਾ ਕੇ ਦੇਣੀ ਨਾ ਪੁੱਤੇ ਮੁੱਛ। ਮੇਨ ਮਸਲਾ ਉਦੋਂ ਮੈਂ ਇਹਨਾਂ ਨੂੰ ਕਹਿ ਕੇ ਗਿਆ ਸੀ, 2 ਹਫ਼ਤੇ ਪਹਿਲੇ ਕਿਹਾ ਗਿਆ ਸੀ ਵੀ ਯਾਰ ਟੈਂਕੀ ਤੁਹਾਡੀ ਥੋੜ੍ਹੀ ਥੱਲੇ ਹੈ। ਅੱਛਾ, ਇਹਨਾਂ ਨੇ 3 ਇੰਚੀਆਂ ਟੈਂਕੀ ਚੁੱਕ ਦਿੱਤੀ ਹੈ, ਦੇਖੋ ਪਿੱਛੇ। ਅੱਛਾ, ਟੈਂਕੀ ਚੁੱਕ ਦਿੱਤੀ, ਉੱਚੀ ਕਰ ਦਿੱਤੀ, ਪਿੱਛੋਂ ਵੇਖ ਲਓ ਉੱਚੀ ਕਰ ਦਿੱਤੀ ਹੈ। ਇੱਧਰੋਂ ਆ ਜਿਹੜੀ ਇਹ ਫਾਸਲਾ ਵੀ ਜ਼ਿਆਦਾ ਹੋ ਗਿਆ, ਪਹਿਲਾਂ ਫਾਸਲਾ ਇੱਥੋਂ ਘੱਟ ਸੀਗਾ, ਇੱਧਰੋਂ ਵੀ ਫਾਸਲਾ ਜ਼ਿਆਦਾ ਹੋ ਗਿਆ। ਮੋਟਰਸਾਈਕਲ ਵਾਲਾ ਕੰਮ ਕਰਦਾ 125 ਵਾਲਾ, ਇਹਨਾਂ ਨੇ ਜਿਹੜੀ 125 ਨੂੰ ਲੱਗਦਾ ਲਾਕ ਉਹੀ ਲਾਤੇ, ਇੱਥੇ ਲਾਤਾ ਇਹਨਾਂ ਨੇ। ਅੱਛਾ ਜੀ, ਉਹੀ ਹੈ ਲਾਤਾ ਇੱਥੇ ਇਹਨਾਂ ਨੇ। ਅੱਛਾ, ਇੱਧਰ ਵੀ ਲੱਗ ਗਿਆ ਭਾਈ ਘੱਟ, ਦੂਸਰੇ ਨੰਬਰ ਤੇ ਇਹਦੀ ਗ੍ਰਿਪ ਚੰਗੀ ਹੈ, ਤੀਸਰੇ ਨੰਬਰ ਤੇ ਤਰੇੜ ਨਹੀਂ ਮਾਰਦਾ। ਔਰ ਕੰਪਨੀ ਇਹ ਗੱਲ ਕਹਿੰਦੀ ਹੈ ਕਿ ਤੁਹਾਡਾ ਟਾਇਰ 5 ਸਾਲ 'ਚ ਵੀ ਖਰਾਬ ਹੁੰਦਾ ਹੈ ਨਾ, ਤੇ ਅਸੀਂ ਘਰ ਜਾ ਕੇ ਤੁਹਾਨੂੰ ਚੇਂਜ ਕਰਕੇ ਆਵਾਂਗੇ, ਕਿਸੇ ਭਰਾ ਨੂੰ ਪੈਂਥਰ ਟਾਇਰ ਵਾਲਾ ਗਿਲਵਾ ਛਿਕਵਾ ਵਾ ਸਾਨੂੰ ਦੱਸਿਆ ਜੀ ਦੂਰ ਕਰਵਾ। ਅਸਲਾਮ ਅਲੈਕਮ ਦੋਸਤੋ, ਆਪਣਾ ਚੈਨਲ ਸੀ ਕੇ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ ਸਾਰੇ ਭਰਾਵਾਂ ਨੂੰ। ਗੁਰਾਗ ਆ ਗਿਆ ਜੀ ਦੁਬਾਰਾ ਨਵੀਆਂ ਤਬਦੀਲੀਆਂ ਦੇ ਨਾਲ। ਤਬਦੀਲੀਆਂ ਕਿਹੜੀਆਂ ਕਿਹੜੀਆਂ ਨੇ ਮੈਂ ਤੁਹਾਨੂੰ ਪਹਿਲਾਂ ਮੈਨਸ਼ਨ ਕਰਦਾ ਜਾਵਾਂ, ਜਿਹੜੀਆਂ ਕੰਪਨੀ ਨੇ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਨੇ। ਇੱਕ ਤਾਂ ਆਹ ਚੈੱਕ ਕਰ ਲਓ, ਆਹ ਕਾਕ ਇੱਕ ਹੋ ਗਿਆ, ਦੂਸਰਾ ਆ ਜੇ 2 ਹੋ ਗਏ, ਆਇਓ ਜੀ ਹੋਰ ਵੀ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਈਡ 'ਤੇ। ਇਹ ਚੈੱਕ ਕਰਿਓ ਜਰਾ, ਤੀਸਰਾ ਆ ਜੇ 3 ਹੋ ਗਏ, ਚਾਬੀ ਇਹ ਜੀ 4 ਸੋਚਨੇ ਅਤੇ 4 ਨੂੰ 1 ਹੀ ਚਾਬੀ ਦੇ ਦਿੱਤੀ ਹੈ। ਨੰਬਰ ਤੁਹਾਨੂੰ ਦਿਖਾ ਰਿਹਾ, ਇਹ ਚੈੱਕ ਕਰਿਓ, 1 ਹੀ ਚਾਬੀ ਦੇ ਦਿੱਤੀ ਹੈ। 1 ਹੋ ਗਈ ਤਬਦੀਲੀ, ਇਹ ਵੀ ਛੋਟੀ ਤਬਦੀਲੀ ਨਾ ਸਮਝਿਓ, ਇਹ ਬੜੀ ਵੱਡੀ ਤਬਦੀਲੀ ਹੈ, ਇਹ ਸਾਡੀਆਂ ਵੱਡੀਆਂ ਵੱਡੀਆਂ ਕੰਪਨੀਆਂ ਕੋਲੋਂ ਨਹੀਂ ਹੋਈ 60 ਸਾਲ ਦੇ ਵਿੱਚ, ਫਾਸਲਾ ਜ਼ਿਆਦਾ ਕਰ ਦਿੱਤਾ। ਇਸ ਤੋਂ ਇਲਾਵਾ ਇਹ ਪੱਤਰੀ ਜਿਹੜੀ ਇਹਨਾਂ ਨੇ ਲਾ ਦਿੱਤੀ ਇੱਥੇ ਟੈਂਕੀ ਨੂੰ ਸੇਫ ਕਰਨ ਵਾਸਤੇ, ਆ ਚੈੱਕ ਕਰੋ, ਅਤੇ ਮਜ਼ਬੂਤ ਪਹਾੜੀ ਪੱਤਰੀ ਲਾਈ, ਆ ਚੈੱਕ ਕਰੋ, ਠੀਕ ਹੋ ਗਿਆ। ਇਹ 3-4 ਤਬਦੀਲੀਆਂ ਕਰਕੇ ਦੁਬਾਰਾ ਬੁਰਾਕ 2141 ਟੂ ਵੀਲ ਡਰਾਈਵ 100 ਹਾਰਸ ਪਾਵਰ ਭਾਈ ਹੁਣਾਂ ਨੇ ਲਿਆ ਹੈ, ਅਤੇ ਇਹਨਾਂ ਦਾ ਵੀ ਗੱਲਬਾਤ ਆ। ਲਓ ਜੀ ਭਾਜੀ ਤਿਆਰ ਹੋ ਗਿਆ ਬੁਰਾਕ 2141 100 ਹਾਰਸ ਪਾਵਰ, ਭਾਈ ਉਹਨਾਂ ਨੇ ਪੂਰਾ ਸ਼ੌਕ ਕੀਤਾ, ਟਰੈਕਟਰ ਲਿਆ ਤਾਂ ਪੂਰਾ ਸ਼ੌਕ ਕੀਤਾ, ਗੁੱਜਰ ਬਰਾਦਰ ਮੁੰਨਾ ਬਰਾਦਰ ਮਾਸ਼ਾਅੱਲਾ 2141 ਟੂ ਵੀਲ ਡਰਾਈਵ ਬੁਰਾਕ। ਦੋਸਤੋ ਹੁਣ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੇ ਮਾਲਕ ਨਾਲ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਰਹਿਮਤੁਲਲਾਹ ਵਬਰਕਾਤੁ। ਭਾਈ ਕੀ ਹਾਲ ਹੈ, ਠੀਕ ਠਾਕ ਹੋ? ਅੱਲਾ ਦਾ ਇਹਸਾਨ ਹੈ, ਤੁਸੀਂ ਸੁਣਾਓ ਮਾਸ਼ਾਅੱਲਾ ਠੀਕ ਹੋ? ਬਸ ਸ਼ੁਕਰ ਅੱਲਾ ਦਾ। ਪਹਿਲਾਂ ਤਾਂ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਏ। ਖੈਰ ਮੁਬਾਰਕ ਭਰਾਵਾਂ ਨੂੰ ਮਾਸ਼ਾਅੱਲਾ ਜੀ। ਨਵੀਂ ਐਂਟਰੀ ਪਾਕਿਸਤਾਨ ਦੇ ਵਿੱਚ ਤੁਸੀਂ ਮਾਰੀ ਹੈ ਜੀ ਜੀ, ਤੇ ਇੱਕ ਦਫਾ ਹੈਰਾਨ ਕਰ ਦਿੱਤਾ ਹੈ ਬੰਦਿਆਂ ਨੂੰ। ਨਹੀਂ, ਚੀਜ਼ ਹੀ ਚੰਗੀ ਹੈ, ਹੈਰਾਨ ਕੀ ਕਰ ਦਿੱਤਾ? ਐਂਟਰੀ ਮਾਰੀ ਆ, ਉਹ ਇਹਦਾ ਨੱਕ ਵਗਦਾ ਪਿਆ, ਬਾਕੀ ਇਹਨਾਂ ਮਾੜਾ ਹੈ। ਨਹੀਂ ਨਹੀਂ ਗੱਲ ਠੀਕ, ਕਿਹੜੀ ਚੀਜ਼ ਬਾਕੀ ਯਾਰ, ਤੁਸੀਂ ਇਹ ਦੱਸੋ ਬਾਕੀਆਂ ਨਾਲੋਂ ਕਿਹੜੀ ਚੀਜ਼ ਇਹ 'ਚ ਘੱਟ ਹੈ, ਕਿਲੋਆਂ 'ਚ ਘੱਟ ਹੈ ਜਾਂ ਜ਼ੋਰ ਤੋਂ ਘੱਟ ਹੈ? ਨਹੀਂ ਘੱਟ ਨਹੀਂ ਹੈ, ਵੱਧ ਹੈ ਯਾਰ। ਨਵੀਂ ਮਾਰੀ ਹੈ ਆਪਣੇ, ਜੋ ਮਤਲਬ ਨਾਲ ਮਾਰੀ ਹੈ, ਆਪਣੀ ਸੈਂਸ ਨਾਲ ਮਾਰੀ ਹੈ, ਜਾਂ ਇਹਦਾ ਨੱਕ ਵਗਦਾ ਪਿਆ, ਕਿਉਂ ਇਹ ਪਛਾਣ ਨੂੰ ਨਹੀਂ ਤੁਰਦਾ? ਅੱਛਾ, ਇਹ ਵੀ ਤੁਰਦਾ ਪਛਾਣ ਨੂੰ ਭਾ? ਨਹੀਂ ਸਹੀ ਗੱਲ, ਆਣ ਕੇ ਤੋੜ ਲਿਓ ਘਰ, ਐਡੀ ਕੋਈ ਦਿੰਦਾ ਆਫਰ ਦਿੰਦਾ ਵੀ ਯਾਰ ਮੇਰੇ ਘਰ ਆਣ ਕੇ ਚੈੱਕ ਕਰੋ? ਬਿਲਕੁਲ ਸਹੀ। ਤੂੰ ਮੇਰੇ, ਤੁਹਾਨੂੰ ਇਹ ਦੱਸੋ, ਤੂੰ ਇਹ ਦੱਸ ਮੈਨੂੰ, ਤੂੰ ਮੇਰੇ ਪਿੰਡ ਨਾਲ ਪਿੰਡ ਤੇਰਾ ਹੈ ਕਿ ਨਹੀਂ ਹੈ ਜੀ? ਫਿਰ ਕੋਈ ਦਿੱਤਾ ਲਿਆ ਕਿਸੇ ਨੂੰ? ਕੋਰੀਆ ਤੋਂ ਆਣ ਕੇ ਮੈਂ ਟਰੈਕਟਰ ਲਿਆ ਹੀ ਆ, ਆਪਣੀ ਮਰਜ਼ੀ ਨਾਲ ਲਿਆ, ਮੈਨੂੰ ਕਿਸੇ ਨੇ ਛੋਰਾ ਨਹੀਂ ਲਾਇਆ। ਅੱਛਾ, ਠੀਕ ਹੈ ਨਾ ਜੀ, ਆਪਣੀ ਮਜ਼ਦੂਰੀ ਕਰਕੇ ਲਿਆ। ਫਿਰ ਮੈਨੂੰ ਪਤਾ ਹੈ ਜਿਹਨੇ 37 ਲੱਖ ਨੂੰ, ਸਭ ਤੋਂ ਮਿਹਰਬਾਨੀ ਵਿਚਾਰਿਆਂ ਦੀ, ਉਹਨਾਂ ਦੀ 7 ਲੱਖ ਮੈਨੂੰ ਪ੍ਰੋਫਿਟ ਅੱਜ ਹੀ ਹੋ ਗਿਆ। ਅੱਛਾ ਜੀ, ਉਹ 41 ਲੱਖ ਦਾ ਡਿਲੈਕਸ ਦੇ ਰਹੇ ਨਾ, 37 ਲੱਖ ਨੂੰ 50 ਹਜ਼ਾਰ ਦਾ ਲੈ ਕੇ ਚੱਲਿਆ,
ਤੇ ਲੈ ਕੇ ਉਹਨਾਂ ਦਾ ਬਾਬਾ ਚੱਲਿਆ। ਹਾਂ ਮਿਲ ਗੋਲ ਬਾਬਾ ਕਹਿ ਸਕਦੇ ਕਹਿ ਸਕਦੇ। ਬਾਕੀ ਦੂਸਰਾ ਮੈਨੂੰ ਸ਼ੌਕ ਸੀ ਸਿੱਧੂ ਮੂਸੇ ਵਾਲਾ, ਰਿਆਜ਼ ਜੱਟ ਨਾਲ ਮੇਰਾ ਕੋਰੀਆ ਤੋਂ ਵੀ ਰਾਬਤਾ ਸੀ। ਅੱਛਾ ਬਹੁਤ ਬਹੁਤ ਅੱਛਾ ਇਨਸਾਨ ਹੈ। ਅੱਗੇ ਤਾਂ ਵੀਡੀਓ ਦੀ ਵੇਖਦੇ ਰਹੇ ਲੇਕਿਨ ਕਰੀਬ ਤੋਂ ਆਣ ਕੇ ਦੇਖਿਆ ਬਿਲਕੁਲ ਪਵਿੱਤਰ ਇਨਸਾਨ ਹੈ। ਪਵਿੱਤਰ ਨਹੀਂ ਹੁੰਦਾ ਪਵਿੱਤਰ। ਅੱਛਾ ਅੱਲਾ ਪਾਕ ਚੜ੍ਹਦੀ ਕਲਾ 'ਚ ਰੱਖੇ ਇਹਨੂੰ। ਦੇਖੋ ਜੀ ਭਾਈ ਉਹਨਾਂ ਨੇ ਪੂਰਾ ਸੈਟਅਪ ਤਿਆਰ ਕੀਤਾ, ਹੁਣ ਟਰੈਕਟਰ ਵੀ ਲਿਆ, ਹੱਲਾਂ ਵੀ ਲਈਆਂ, ਸੁਹਾਗਾ ਲਿਆ, ਨਾਲ ਬੰਨਿਆਂ ਵਾਲਾ ਵੀ ਇਹਨਾਂ ਨੇ ਲਈ ਹੈ ਜੀ। ਇਹ ਪੂਰਾ ਸੈਟਅਪ ਲਿਆ ਜੀ। ਗੁੱਜਰ ਸਾਹਿਬ ਸਾਡਾ ਕੰਮ ਤੁਹਾਨੂੰ ਕੈਸਾ ਪਸੰਦ ਆਇਆ? ਜਬਰਦਸਤ ਕਰਕੇ ਦੇਈਦਾ, ਬੰਪਰ ਲੱਗਾ ਜਿਵੇਂ ਕੰਪਨੀ ਫਿਟਿੰਗ ਹੁੰਦੀ ਹੈ, ਠੀਕ ਹੈ ਕਿ ਨਹੀਂ? ਪੂਰਾ ਮਾਹੌਲ ਗੁੱਜਰ ਨੇ ਆਖਿਆ ਸਾਨੂੰ ਮੁੱਛ ਲਾ ਕੇ ਦੇਣੀ ਜਨਾਬ, ਉੱਤੇ ਮੁੱਛ ਵੀ ਲਾ ਦਿੱਤੀ। ਫਿਰ ਜਨਾਬ ਉਸ ਤੋਂ ਬਾਅਦ ਜਨਾਬ ਇਹਨੂੰ ਛੱਤ ਲਾਈ ਹੈ, ਉਹ ਇੰਡੀਅਨ ਮਾਹੌਲ ਵਾਲੀ ਜਿਹੜੀ ਮੂਸੇ ਵਾਲੀ। ਇਨਸ਼ਾਲਾ ਪਾਕਿਸਤਾਨ 'ਚ ਪਹਿਲਾ ਕੰਮ ਅਸਾਂ ਕੀਤਾ ਤਾਂ ਛੱਤ ਬਣਾਈ, ਤਾਂ ਇਨਸ਼ਾਲਾ ਕਿਸੇ ਪਾਸੇ ਵੇਖ ਲੈ ਇੰਜ ਫਿਨਿਸ਼ਿੰਗ ਹੈ ਜਿਵੇਂ ਕੋਈ ਕੰਪਨੀ ਦੀ ਚੀਜ਼ ਬਣੀ। ਇਹ ਨਹੀਂ ਵੀ ਤਾਰ ਉੱਧਰੋਂ ਲਮਕੀ, ਹਰ ਚੀਜ਼ ਆਪੋ ਆਪਣੀ ਜਗ੍ਹਾ 'ਤੇ ਕਿਲ ਕਾਬਲਾ ਬਿਹਤਰੀਨ ਹੈ। ਫਿਰ ਜਨਾਬ ਇਹ ਤੁਹਾਡਾ ਨੰਬਰ ਹੈ, ਅਗਰ ਕਿਸੇ ਭਰਾ ਨੇ ਰਾਬਤਾ ਕਰਨਾ ਹੋਵੇ ਦੂਸਰੇ ਨੰਬਰ 'ਤੇ। ਮਗਰ ਗੁੱਜਰ ਸਾਹਿਬ ਨੇ ਆਖਿਆ ਮੂਸੇ ਵਾਲੀ ਤਸਵੀਰ ਹੋਣੀ ਚਾਹੀਦੀ, ਮਗਰ ਮੂਸੇ ਵਾਲਾ ਵੀ ਲਾਜ ਹੈ। ਉਸ ਤੋਂ ਬਾਅਦ ਇੱਕ ਸਾਡਾ ਜਨਾਬ ਨੰਬਰ ਇਹ ਲੱਗਾ ਹੈ, ਕਿਸੇ ਸ਼ਹਿਰ 'ਚ ਕੋਈ ਟੈਨਸ਼ਨ ਪਰੇਸ਼ਾਨੀ ਵਸੀ ਜਨਾਬ ਗਰੰਟਡ ਆ। ਫਿਰ ਟੂਪਾਂ ਦੇ ਨਾਲ ਕੱਸੀ ਹੈ, ਇਹ ਹਿੱਲ ਨਹੀਂ ਸਕਦੀ। ਦੂਸਰੇ ਨੰਬਰ 'ਤੇ ਹੁੱਕ ਲਾਈ ਹੈ, ਵਿਲੈਤੀ ਕਾਬਲੇ ਬਿਹਤਰੀਨ, ਦੋ ਥੈਣਾਂ ਦੇ ਪਿੰਨਾਂ ਕੱਢੋ, ਰੂਟਾਵੀਟਰ ਚਲਾਓ, ਬੋਰਡ ਚਲਾਓ, ਜੋ ਮਰਜ਼ੀ ਕਰੋ ਕਰੋ। ਬਾਕੀ ਜਨਾਬ ਉਸ ਤੋਂ ਬਾਅਦ ਸਾਈਡ 'ਤੇ ਰੂਟਰ ਲੱਗਾ ਹੈ, ਸ਼ੀਸ਼ੇ ਲੱਗੇ ਨੇ, ਯਾਨੀ ਕਿ VIP ਕਿਸਮ ਦਾ ਗੁੱਜਰ ਸਾਹਿਬ ਨੂੰ ਕੰਮ ਕਰਕੇ ਦਿੱਤਾ। ਇਹ ਨਹੀਂ ਵੀ ਗੁੱਜਰ ਨੂੰ ਕਰਕੇ ਦਿੱਤਾ ਹੈ, ਜਿਹੜਾ ਵੀ ਆਇਆ ਉਹਨੂੰ ਹੀ ਅਸੀਂ ਜਨਾਬ ਇਨਸ਼ਾਅੱਲਾ ਜ਼ਬਰਦਸਤ ਬਿਹਤਰੀਨ ਕੰਮ ਕਰ। ਡਿਲੀਵਰੀ ਕਿਹੜੇ ਟਾਇਰਾਂ 'ਚ ਮਿਲੀ ਜੀ? ਟੈਂਥਰ ਦੇ ਟਾਇਰਾਂ 'ਚ। ਇਹ ਸਪੈਸ਼ਲ ਆਪ ਕਹਿ ਕੇ ਲਵਾਏ ਜੀ? ਆਪ ਕਹਿ ਕੇ, ਉਹ ਜਨਰਲ ਦੇ ਸੀ, ਉਹਨਾਂ ਨੇ ਕਹੇ ਭਾਵੇਂ ਸਰਵਿਸ ਲੈ ਲਓ ਭਾਵੇਂ ਟੈਂਥਰ ਲੈ ਲਓ, ਇਹ ਉਹ ਆਪਣੀ ਮਰਜ਼ੀ ਹੈ। ਅੱਛਾ ਤੁਸੀਂ ਸਪੈਸ਼ਲ ਪੈਂਥਰ ਲਵਾਇਆ? ਪੈਂਥਰ ਲਵਾਇਆ ਜੀ। ਕੀ ਵਜ੍ਹਾ ਪੈਂਥਰ ਤੁਸੀਂ ਸਪੈਸ਼ਲ ਲਵਾਇਆ? ਮੈਂ ਐਡਾ ਤੇ ਨਹੀਂ ਜਾਣਦਾ ਟਾਇਰਾਂ ਦੇ ਬਾਰੇ 'ਚ ਜੀ ਜੀ, ਲੇਕਿਨ ਤੁਹਾਡੇ ਕੋਈ ਆ ਵੀਡੀਓ ਤੁਹਾਡੀ ਸੁਣੀ ਆ ਵੀ ਪੈਂਥਰ ਚਲਾਈ ਜੀ ਚੰਗਾ। ਅੱਛਾ ਅੱਛਾ, ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਚਲਾਈ ਦਾ ਰੌਲਾ ਕੀ ਹੈ? ਅੱਗੇ ਅਸੀਂ ਆਏ ਸਾਂ ਵੀ ਪੈਂਥਰ ਟਾਇਰ ਇਸ ਤਰ੍ਹਾਂ ਜਾਂ ਉਸ ਤਰ੍ਹਾਂ, ਬਾਕੀ ਦੋ ਇੱਕ ਕਸਾਈ ਘੱਟ ਹੈ, ਦੂਸਰੇ ਨੰਬਰ 'ਤੇ ਇਹਦੀ ਗ੍ਰਿਪ ਚੰਗੀ ਹੈ, ਤੀਸਰੇ ਨੰਬਰ 'ਤੇ ਤਰੇਡ ਨਹੀਂ ਮਾਰਦਾ। ਔਰ ਕੰਪਨੀ ਇਹ ਗੱਲ ਕਹਿੰਦੀ ਹੈ ਅਗਰ ਤੁਹਾਡਾ ਟਾਇਰ 5 ਸਾਲ 'ਚ ਵੀ ਖਰਾਬ ਹੁੰਦਾ ਹੈ ਨਾ, ਤਾਂ ਅਸੀਂ ਘਰ ਜਾ ਕੇ ਤੁਹਾਨੂੰ ਚੇਂਜ ਕਰਕੇ ਆਵਾਂਗੇ। ਕਿਸੇ ਭਰਾ ਨੂੰ ਪੈਂਥਰ ਟਾਇਰ ਵਾਲਾ ਗਿਲਵਾ ਸ਼ਿਕਵਾ ਸਾਨੂੰ ਦੱਸੇ, ਅਸੀਂ ਦੂਰ ਕਰਵਾ ਕੇ ਦਿੰਦੇ 5 ਸਾਲ, ਯਾਨੀ ਕਿ ਪੈਂਥਰ ਟਾਇਰ ਇਸ ਟਾਈਮ ਮੰਨ ਲਓ ਬਹੁਤ ਜ਼ਬਰਦਸਤ ਕਿਸਮ ਦਾ ਟਾਇਰ। ਬਾਕੀ ਕੱਲ੍ਹ ਦਾ ਪਤਾ ਨਹੀਂ, 5 ਸਾਲ ਦੀ ਵਾਰੰਟੀ ਕੋਈ ਵੀ ਨਹੀਂ ਦਿੰਦਾ। ਬਿਲਕੁਲ ਜੀ, ਮੇਰਾ ਨਹੀਂ ਪਤਾ ਜਿਹੜਾ ਲੈ ਕੇ ਚੱਲਿਆ, ਬਿਲਕੁਲ ਰਹਿਣਾ ਕਿ ਨਹੀਂ, ਬਾਕੀ ਠੀਕ ਹੈ। ਚਲੋ ਜੀ, ਅੱਲਾ ਪਾਕ ਤੁਹਾਡੇ ਨਸੀਬਾਂ ਹੀ ਕਰੇ, ਤੇ ਮਜ਼ੀਦ ਸਾਨੂੰ ਦੱਸੋ ਜੇ ਜਿਹੜੀ ਕੰਪਨੀ ਨੇ ਤਬਦੀਲੀਆਂ ਕੀਤੀਆਂ ਨੇ ਉਹ ਇਹਨਾਂ ਨੂੰ ਦੱਸੋ ਵੀ ਕੀ ਕੀਤੇ, ਤੁਸੀਂ ਦੱਸੋ ਇਹਨਾਂ ਨੂੰ। ਜੀ ਜੀ, ਅਸੀਂ ਤਾਂ ਦੱਸ ਦਿੱਤਾ, ਬਾਕੀ ਤੁਸੀਂ ਮਜ਼ੀਦ ਦੱਸੋ। ਆਇਲ ਕੂਲਰ ਲੱਗਾ ਇਹਦੇ ਨਾਲ? ਆਇਲ ਕੂਲਰ ਲੱਗਿਆ, ਅੱਗੇ ਵੀ ਲਾਇਆ ਇਹਨਾਂ ਨੇ ਜੀ। ਅੱਛਾ, ਉਹਨਾਂ ਨੇ ਟੈਂਕੀ ਪੁੱਟ ਕੇ ਡੀਜ਼ਲ ਵਾਲੀ ਪਿੱਛੇ ਲੈ ਗਏ ਨਾ ਪਾਇਦਾਨ ਥੱਲੇ। ਜੀ ਜੀ, ਉਹ ਫਿਰ ਉਹਨਾਂ ਨੇ 3 ਇੰਚੀ ਉੱਚੀ ਕਰਕੇ ਦਿੱਤੀ ਹੈ ਸਾਨੂੰ। ਅੱਛਾ, ਟੈਂਕੀ ਉੱਚੀ ਹੋ ਗਈ? ਟੈਂਕੀ ਉੱਚੀ ਹੋ ਗਈ, ਉਹ ਸਿਆਪਾ ਮੁੱਕ ਗਿਆ ਜਿਹੜਾ ਰੌਲਾ ਪਾਇਆ ਸੀ ਇੱਕ ਦੋ ਵੀਡੀਓ ਵਾਲਿਆਂ ਨੇ। ਹਾਂ, ਉੱਚਾ ਕਰਤਾ ਸੀ, ਕਹਿ ਕੇ ਗਏ ਸੀ ਉਧਰ ਬੁਕਿੰਗ ਵਾਲੇ ਦਿਨ। ਅੱਛਾ, ਉਹ ਤੁਹਾਡੀ ਉਹਨਾਂ ਨੇ ਸੁਣ ਲਈ, ਉਹਨਾਂ ਨੇ ਉੱਚੀ ਕਰ ਦਿੱਤੀ। ਇਹ ਨਹੀਂ ਹੈ ਵੀ ATS ਵਾਲਿਆਂ ਨੂੰ 2 ਸਾਲ ਲੱਗ ਜਾਣੇ, ਉਹ ਨਹੀਂ ਕੰਮ ਇੱਥੇ ਪਾ। ਮਤਲਬ ਤੁਸੀਂ ਸਮਝਦੇ ਹੋ ਸਾਡੀ ਗੱਲ, ਸੁਣਦੀਆਂ ਕੰਪਨੀਆਂ, ਸੁਣਨੀ ਨਹੀਂ ਤੇ ਚਲਾਣੀ ਕਿਸ ਤਰ੍ਹਾਂ? ਕੋਈ ਪਾ ਚੱਲਣੀ ਨਹੀਂ, ਮੇਰੇ ਕਿਹੜੇ ਰਿਸ਼ਤੇਦਾਰ ਨੇ? ਬਿਲਕੁਲ, ਜੇ ਤਾਂ ਮਗਰ ਆਣਗੇ ਤੇ ਚੱਲਣਗੇ, ਚੱਲਣਗੇ, ਨਹੀਂ ਤਾਂ ਕੋਈ ਕਿਸੇ ਨੇ ਵੀ ਨਹੀਂ ਆਉਣਾ। ਇਹ ਤੁਹਾਨੂੰ ਪੁਰਾਣੇ ਦੀ ਕੀਮਤ ਮਿਲਿਆ? 37,59,000 ਜਾਂ ਕਾਗਜ਼ ਕੱਢ ਕੇ ਸ਼ੋਅ ਕਰਾਵਾਂ ਪਈ ਆਰਡਰ। ਨਵੀਆਂ ਦੀ ਕੀਮਤ ਆਈ ਹੈ ਕਿ ਨਹੀਂ ਫਿਲਹਾਲ? ਨਵੀਆਂ ਦੀ ਕੀਮਤ ਉਹ ਭਾਅ 41 ਲੱਖ ਹੈ। 41 ਹੋ ਗਿਆ? ਹਾਂ, ਤੁਹਾਨੂੰ ਪੁਰਾਣੀ ਕੀਮਤ 'ਤੇ ਮਿਲ ਗਿਆ। ਨਵਾਂ ਸਗੋਂ ਇਹਨਾਂ ਬਾਕੀ ਨਾਲੋਂ 5,000 ਮਹਿੰਗਾ ਹੀ ਮਿਲੇਗਾ ਇਹਨਾਂ ਕੋਲ।
ਮੈਨੂੰ 37,50,000 ਜੀ ਦਿੱਤਾ ਉਹਨਾਂ ਨੇ। ਅੱਛਾ ਅੱਛਾ, ਮਿਹਰਬਾਨੀ ਉਹਨਾਂ ਦੀ ਭਰਾਵਾ, ਮਿਹਰਬਾਨੀ। ਤੇ ਉਹਨਾਂ ਨਾਲ ਤੁਹਾਨੂੰ ਡਿਲੀਵਰੀ ਵੀ ਆਂਦੇ ਦਿੱਤੀ ਹੈ ਫ੍ਰੀ ਨਾਲ? ਵੀ ਉਹਨਾਂ ਦਿੱਤੀ ਹੈ ਰਿਆਜ਼ ਨੂੰ, ਮੈਂ ਪੈਸੇ ਦੇ ਗਿਆ ਲਸਵਾਗੇ ਤੇ ਪਹਿਲੇ ਦਿਨ ਉਹ ਹੀ ਬਿਆਨਾ ਦੇ ਗਿਆ ਸੀ। ਅੱਛਾ, 20,000 ਰੁਪਏ ਉਹਨਾਂ ਨੇ ਛੱਡਿਆ ਸੀ। ਇੱਕ ਦਫਾ ਦੁਬਾਰਾ ਸਾਡੇ ਜ਼ਿਮੀਂਦਾਰ ਨੂੰ ਦੱਸ ਦਿਓ ਕਿੰਨੇ ਹਾਰਸ ਪਾਵਰ ਆ ਇਹ, ਕੀ ਤੁਹਾਨੂੰ ਅੱਛੀ ਲੱਗੀ ਟਰਬੋ ਦੇ ਵਿੱਚ? ਉਹਨਾਂ ਨੇ ਉੱਤੇ ਵੀ ਲਿਖਿਆ ਦਾ ਜੀ ਜੀ 100 ਹਾਰਸ ਪਾਵਰ ਹੈ ਜੀ ਜੀ। ਅੱਗੇ ਅੱਲਾ ਦੇ ਬਸ ਕੀ ਸਮਝਦੇ ਹੋ ਪਾਵਰ ਦੇ ਵਿੱਚ? ਇਹਦੇ ਸੰਦਲ ਵੀ ਤੁਹਾਨੂੰ ਵੱਡੇ ਬਣਾਉਣੇ ਪੈਣਗੇ ਜਾਂ ਛੋਟੇ ਬਣਾਏ? ਕਿ ਸਾਨੂੰ ਬਣਾਏ ਤਾਂ ਮੈਂ ਤੇ ਵੈਸੇ ਉਹਨਾਂ ਨੇ ਮੈਨੂੰ ਕਿਹਾ ਸੀ 13 ਲੈ ਲਓ ਜੀ, ਮੈਂ ਲੇਕਿਨ 11 ਰੱਖੀ ਹੈ। ਹੁਣ ਵੀ ਉਹਨਾਂ ਨੇ ਮੈਨੂੰ ਇਹ ਜ਼ੋਰ ਦਿੱਤਾ ਕਿ ਇਹਦੇ ਬਾਅਦ 24 ਤਵੇ ਪਾਓ, 24 ਪਾਓ ਡਿਸਕਾਂ, ਤੇ ਮਜ਼ੀਦ ਇਹਨੂੰ ਲਾਲ ਕਰੋ। ਹਾਂ, ਮਜ਼ੀਦ ਇਹਨੂੰ ਲਾਲ ਕਰੋ, ਅਗਰ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਦੱਸੋ, ਅਸੀਂ ਉਹ ਦੂਰ ਕਰੀਏ। ਬਿਲਕੁਲ ਬਿਲਕੁਲ ਨਹੀਂ ਜੀ, ਟਰੈਕਟਰ ਚੰਗਾ ਹੈ, ਅੱਗੋਂ ਤੇ ਵੇਖੋ ਜੀ ਅੱਗੇ ਆ ਰਹੇ ਕਸਟਮਰ। ਮੈਨੂੰ ਅੱਜ ਦਾ ਜਿਹੜਾ ਮਸਲਾ ਸੀ ਉਹਦਾ ਥੋੜ੍ਹਾ ਮੈਨੂੰ ਹਾਈਡ੍ਰੌਲਿਕ ਪੰਪ ਦਾ ਮਸਲਾ, ਸਟੀਅਰਿੰਗ ਪੰਪ ਦਾ ਪਤਾ ਚੱਲਿਆ ਸੀ ਥੋੜ੍ਹਾ ਜਿਹਾ, ਮਾਣ ਕੇ ਸਟੀਅਰਿੰਗ ਤੋਂ ਮਲਾਈ ਨਹੀਂ ਸੀ ਮਲਾਈ। ਅੱਛਾ, ਉਹਨੂੰ ਕਿਹਾ ਮੈਂ ਕਿਹਾ ਮੈਂ ਨਹੀਂ ਖੜਨਾ, ਉਹਨਾਂ ਉਸੇ ਟਾਈਮ ਹਾਈਡ੍ਰੌਲ ਸਟੀਅਰਿੰਗ ਪੰਪ ਵੀ ਚੇਂਜ ਕੀਤਾ, ਯੂਨਿਟ ਵੀ ਚੇਂਜ ਕੀਤਾ, ਜੈਕ ਵੀ ਚੇਂਜ ਕਰਕੇ ਦਿੱਤਾ। ਅੱਛਾ, ਮੈਂ ਕਿਹਾ ਤਿੰਨੇ ਚੀਜ਼ਾਂ ਚੇਂਜ ਕਰੋ ਉੱਥੇ ਸ਼ੋਰੂਮ 'ਚ। ਅੱਛਾ, ਇਹਦਾ ਤੁਸੀਂ ਯੂਨਿਟ ਵੇਖਿਆ ਪਾਵਰ ਯੂਨਿਟ, ਕਿਹੜਾ ਸਮੇਂ ਦੇ ਲੋਕਲ ਆ ਕਿ ਬਾਹਰ ਦਾ ਇੰਪੋਰਟ ਹੈ? ਦੇਖ ਲਿਓ ਆਣ ਕੇ। ਅੱਛਾ, ਇੰਪੋਰਟ ਹੈ, ਮੈਂ ਤੂੰ ਵੇਖਿਆ ਹੀ ਯਾਰ ਉੱਥੇ। ਅੱਛਾ, ਇੰਪੋਰਟ ਹੈ, ਵੈਰੀ ਗੁੱਡ। ਮਤਲਬ ਜਿਹੜੇ ਜ਼ਿਆਦਾਤਰ ਚੀਜ਼ਾਂ ਇੰਪੋਰਟ 'ਚ ਉਹਦਾ ਲੱਗੀਆਂ ਨੇ, ਖਾਸ ਤੌਰ 'ਤੇ ਟਰਬੋ ਇਹਨਾਂ ਬੜੀ VIP ਲਾਈ ਹੈ ਯਾਰ। ਉਹ 35% ਦੱਸ ਦੇਣਾ ਮੇਰੇ ਕਿਹੜੇ ਰਿਸ਼ਤੇਦਾਰ ਨੇ ਜਾਂ ਬਾਕੀ ਦੇ ਰਿਸ਼ਤੇਦਾਰ ਨੇ, 35% ਦੱਸ ਦੇਣਾ। ਜੇ 35 ਨਹੀਂ ਹੋਣਗੇ ਤਾਂ 25% ਤਾਂ ਮੋਟੀਆਂ ਮੋਟੀਆਂ ਤਾਂ ਆ ਜਾਣਾ ਨਾ। ਗੇਅਰ ਬਕਸਾ ਜਿਹੜਾ, ਚਲੋ ਮੈਂ 35 ਦਾ ਨਹੀਂ ਆਖਦਾ, 25% ਲਾ, ਗੇਅਰ ਬਕਸਾ ਜਿਹੜਾ ਨਾ ਇੱਕ ਸਾਈਜ਼ ਦਾ, ਹਾਂਜੀ ਹਾਂਜੀ, ਇੰਪੋਰਟ ਦਾ, ਕਰੰਕ ਬੈਲੈਂਸ ਕਰਕੇ ਉਹਨਾਂ ਨੇ ਪਾਈ ਹੈ, ਇੰਪੋਰਟ ਦੀ ਪਾਈ ਹੈ, ਕੜਾ ਪੀਨੀਅਨ ਜਿਹੜਾ ਪਾਇਆ ਇੰਪੋਰਟ ਦਾ ਪਾਇਆ ਉਹਨਾਂ ਨੇ, ਤੇ ਬਾਕੀ ਜਿਹੜੇ ਮੋਟੇ ਮੋਟੇ ਚੀਜ਼ਾਂ ਨੇ। ਵੈਰੀ ਗੁੱਡ, ਉਹ ਠੀਕ ਹੈ। ਆਖਰੀ ਗੱਲ ਉਹ ਹੀ ਹੈ, ਉਹ ਵਿਚਾਰੇ ਮੈਨੂੰ ਬੜਾ ਅੱਛਾ ਲੱਗਦਾ ਹੈ, ਚਾਚਾ ਇਮਰਾਨ ਵਰਿਆਜ ਨਾ, ਹਾਂਜੀ ਹਾਂਜੀ, ਕਹਿੰਦਾ ਯਾਰ ਕੁਛ ਨਾ ਕੁਛ ਤੇ ਚੇਂਜ ਕੀਤਾ ਨਾ, ਕੁਝ ਨਾ ਕੁਝ ਜਿਹੜਾ ਚੇਂਜ ਆ ਉਹ ਤਾਂ ਸਾਫ਼ ਬੰਦਾ ਦੱਸੇ, ਤੁਸੀਂ ਭੌਂ ਕਹਿੰਦੇ ਇਹ ਰਹਿਣ ਦਿਓ, ਉਹ ਲੈ ਲਓ ਇਹ ਰਹਿਣ ਦਿਓ, ਉਹਨਾਂ ਦਾ ਰਿਸ਼ਤੇਦਾਰੀ ਤੁਹਾਡੀ। ਦੇਖੋ ਜੀ, ਰਿਸ਼ਤੇਦਾਰੀ ਨਹੀਂ, ਅਸੀਂ ਤਾਂ ਖੁਦ ਐਪਰੀਸ਼ੀਏਟ ਕਰਦੇ ਹਾਂ, ਅਸੀਂ ਤੁਹਾਨੂੰ ਖੁਦ ਐਪਰੀਸ਼ੀਏਟ ਕਰ ਰਹੇ ਹਾਂ। ਉਹਨਾਂ ਨੇ ਬਲਾਗ, ਨਹੀਂ ਜੀ ਉਹਨਾਂ ਨੇ ਬਲਾਗ ਤੇ 6 ਸਾਲ ਹੋ ਗਏ, ਮੈਂ ਉੱਥੇ ਵੇਖਿਆ ਸੀ ਉਹਨਾਂ ਦੇ ਪਿਆਜ਼ ਤਵੇਲੇ ਵਾਲੇ, ਤੂੜੀ ਵਾਲੇ ਤੇ। ਬਿਲਕੁਲ, ਤੂੜੀ ਵਾਲੇ ਤੇ ਵੇਖਿਆ ਜੀ, ਤਾਂ ਉਹਨਾਂ ਨੂੰ ਮਤ ਕਰ, ਉਦੋਂ ਤੁਸੀਂ ਕਹਿੰਦੇ ATS ਨਾ ਲਵੋ, ਹੁਣ ਬਰਾਕ ਦੇ ਮਗਰ ਪੈ ਗਏ ਹੋ। ਅਸੀਂ ਤੁਹਾਡੇ ਕੋਲ ਇੱਕ ਦੋ ਮਜ਼ੀਦ ਪੁੱਛਾਂਗੇ, ਇੱਕ ATS ਵੀ ਆਈ ਹੈ ਕੰਪਨੀ, ਉਹ ਮੇਰਾ ਨਦੀਮ ਭਾਈ ਨਾਲ ਰਾਬਤਾ ਯਾਰ, ਮੈਂ ਕੋਰੀਆ ਤੋਂ ਰਾਬਤਾ ਸੀ, ਮੈਂ ਪਤਾ ਕਿਉਂ ਨਹੀਂ ਲਿਆ ATS ਪਾਇਓ, ਅਗਰ ਉਹ ਅੱਜ ਗੋਲ ਮਗਰਾਡਾ ਚ ਆ ਜਾਣ, ਪੈਡਲ ਠੀਕ ਕਰ ਦੇਣ, ਬ੍ਰੇਕਾਂ ਠੀਕ ਕਰ ਦੇਣ, ਮੈਂ ਸਵੇਰੇ ਬੁੱਕ ਕਰਾ ਦੇਣਾ ਉਹ। ਹਾਂ, ਉਹਦਾ ਤੇ ਇਹਦੇ ਨਾਲ ਵੀ ਸਾਊਂਡ ਜ਼ਿਆਦਾ ਹੈ, ਜ਼ਿਆਦਾ ਕਹਿ ਸਕਦੇ, ਜਿਹੜੀ ਚੀਜ਼ ਮੰਨਣ ਵਾਲੀ ਹੈ। ਮੈਨੂੰ ਪਤਾ ਯਾਰ ਮੈਂ ਕੋਈ ਖੋਤੀ ਰੇੜੀ ਦਾ ਡਰਾਈਵਰ ਨਹੀਂ ਹੈਗਾ, ਜਿਹੜੇ ਆਖਦੇ ਹੋ 6 ਸਾਲ ਪਹਿਲੀ ਬਲਾਗ ਵੇਖਿਆ ਸੀ ਪਾਣੀ ਦੇ ਵਿੱਚ ਖਲੋ ਕੇ, ਚੱਲਣ ਦਿਓ ਯਾਰ ਕਿਸੇ ਨੂੰ। ਮੈਂ ਚੋਰ ਸਾਹਿਬ 75,000 ਰੁਪਏ ਦਾ ਲਵਾਇਆ, ਹਾਂਜੀ ਠੀਕ ਹੈ ਜੀ ਜੀ ਜੀ, ਲੋਕੀ 2-2 ਲੱਖ ਵਾਲਾ ਵੀ ਲਵਾ ਰਿਹਾ, ਮੈਂ ਆਪਣੀ ਚੋਇਸ ਦੇ ਹਿਸਾਬ ਨਾਲ ਸਹੀ ਲਵਾ ਲਿਆ। ਬਿਲਕੁਲ ਬਿਲਕੁਲ, ਛੱਤ ਮੈਨੂੰ 1,55,000 ਦਿੱਤੀ ਇਹਨੇ, ਅੱਛਾ ਉਮੀਦ ਕਰਨਾ ਵੀ ਉਹ ਰੁਪਈਆ 2-3,000 ਛੱਡ ਹੀ ਦੇਗਾ। ਤੁਸੀਂ ਜਿਹੜੀ ਚੀਜ਼ ਡਿਮਾਂਡ ਕੀਤੀ ਉਹ ਮਿਲੀ ਤੁਹਾਨੂੰ ਪੂਰੀ? ਇਹ ਆ ਵੀ ਸਾਡੀ ਵੀਡੀਓ ਲੈ ਕੇ ਇਹ ਨਾ ਬੰਦਾ ਕੋਈ ਆ ਜਾਏ ਭਾਈ ਰਿਹਾ ਕੋਈ ਦਫਾ ਜੇ। ਯਾਰ ਤੂੰ ਮੇਰਾ ਵਾਕਫ ਨਹੀਂ ਸੀ, ਇੱਕ ਦਿਨ ਤਾਰਫ ਤੇ ਆਇਆ ਜਿਹਦੇ ਬੁਕਿੰਗ ਕਰਾਉਣ ਆਇਆ ਸੀ, ਤੂੰ ਕਿਹਾ ਕਿੱਥੋਂ ਆਇਆ, ਮੈਂ ਕਿਹਾ ਨਰਵਾਲ ਤੋਂ, ਮੈਂ ਤੇਰਾ ਪਿੰਡ ਕਿਹੜਾ ਹੈ ਜਸਰ, ਨਾਲੇ ਦੇ ਉਹ ਭਾਈ ਉਹ ਨਾਲੇ ਦੇ ਪਿੰਡ ਨਾ ਮੇਰਾ ਪਿੰਡ ਹੈ। ਬਿਲਕੁਲ ਜੀ ਬਿਲਕੁਲ, ਅੱਛਾ ਭਾਈ ਉਹ ਨਾ ਮਜ਼ੀਦ ਗੱਲਬਾਤ ਕਰਦੇ ਹਾਂ। ਅੱਛਾ ਜੀ ਭਾਈ, ਇਹ ਕੀ ਤਰੀਕਾਕਾਰ ਹੈ, ਕਿਵੇਂ ਮਿਲਿਆ ਤੁਹਾਨੂੰ ਟਰੈਕਟਰ? ਯਾਰ ਸਾਨੂੰ ਤੇ 2 ਹਫ਼ਤੇ 'ਚ ਲੱਗ ਗਿਆ। ਅੱਛਾ, ਲੱਕੀ ਸ਼ੋਰੂਮ ਮਿਲਣ ਦੇ ਬਿਲਕੁਲ ਆਪੋਜ਼ਿਟ ਹੀ ਹੈ ਜੀ ਜੀ, ਅਫਸੋਲ ਪੰਪ ਦੇ ਸਾਹਮਣੇ ਬਿਲਕੁਲ। ਅੱਛਾ, ਤੇ ਬੜਾ ਕਾਪਰੇਟ ਕਰਦੇ ਨੇ ਭਾਅ ਜੀ, ਠੀਕ ਹੈ, ਹਰ ਚੀਜ਼ ਹਰ ਫੈਸਿਲਿਟੀ ਦੇ ਰਹੇ ਨੇ। ਹਾਂ, ਆਓ ਤੇ ਇੱਥੇ ਆਣ ਕੇ ਲੈ ਜਾਓ, 37,59,000 ਰੁਪਏ ਦਾ, 37,59 'ਚ, 37,59 'ਚ, ਇਹਨਾਂ ਦੀ ਮਿਹਰਬਾਨੀ ਹੈ, ਸਾਡੇ ਪੈਸੇ ਵਧੇ ਹੋਏ ਵੀ ਇਹਨਾਂ ਨੇ, ਬਿਲਕੁਲ ਸਾਡੇ ਨਾਲ ਜ਼ਿਕਰ ਤੱਕ ਨਹੀਂ ਕੀਤਾ, ਨਾ ਸਾਡੇ ਪਲੇਨ ਹੈ।
ਅੱਛਾ ਤੁਹਾਨੂੰ ਪਤਾ ਕੀਮਤਾਂ ਵੱਧ ਗਈਆਂ ਬਾਕੀ ਕੰਪਨੀਆਂ ਵਧਾ ਦਿੱਤੀਆਂ ਲੈ ਰਹੇ ਨੇ ਇਹਨਾਂ ਵਿਚਾਰਿਆਂ ਨੇ ਸਾਡੇ ਕੋਲ ਨਹੀਂ ਲਿਆ ਹੁਣ ਹਾਂ ਤਕਰੀਬਨ ਸਾਦਾ ਜਿਹੜਾ ਵਾ ਉਹ 37-37 ਤੇ ਹੋ ਗਿਆ ਜੀ ਜੀ ਰੇਟ ਇਹ 37-39 ਚ ਲਿਆ ਸੀ ਹਾਂ ਤੇ ਡਿਲੈਕਸ 40 ਲੱਖ ਚ ਹੋ ਗਿਆ ਹਾਂ ਬਿਲਕੁਲ 40 ਕੀ 41 ਦੇ ਰਹੇ ਨੇ ਮੇਰੇ ਖਿਆਲ ਨਾਲ ਹਾਂ 40 ਲੱਖ ਚ 40 ਲੱਖ ਜਾਂਦੀ ਇਹ ਤੁਹਾਨੂੰ ਪੁਰਾਣੀ ਕੀਮਤ ਤੇ ਮਿਲ ਗਿਆ ਪੁਰਾਣੀ ਕੀਮਤ ਤੇ ਮਿਲਿਆ ਸਾਨੂੰ ਭਾਜੀ ਬੜੀ ਗੱਲ ਏ ਤੇ ਇਹਨਾਂ ਦਾ ਆ ਜੀ ਇਹਨਾਂ ਦਾ ਡਰੈਸ ਹੈ ਸਾਹਮਣੇ ਲੱਕੀ ਟਰੈਕਟਰ ਸ਼ੋਰੂਮ ਬਰਾਗ ਬੰਦੇ ਵੀ ਬਿਲਕੁਲ ਠੀਕ ਹੈਗੇ ਨਾ ਸਾਦੇ ਪੜ੍ਹੇ ਲਿਖੇ ਬੰਦੇ ਨੇ ਬਹੁਤ ਸਾਦੇ ਨੇ ਪਿਆਰ ਕਰਨ ਵਾਲੇ ਬੰਦੇ ਨੇ ਯਾਰ